ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਕੁਦਰਤ ਦਾ ਕਹਿਰ ਆ, ਜਿਹੜਾ ਮੌਸਮ ਖਰਾਬ ਹੋਣ ਦਾ ਕਰਕੇ, ਭਾਰੀ ਬਾਰਿਸ਼ ਦਾ ਕਰਕੇ ਕਿਸਾਨਾਂ ਦੀਆਂ ਫਸਲਾਂ ਜਾਂ ਜਿਹੜੇ ਜਿੱਦਾਂ ਆਪਣੇ ਬਿਆਸ ਦੇ ਵਿੱਚ ਰੋਈ ਵਾਲਾ ਦਾ ਜ਼ਿਆਦਾ ਓਵਰਫਲੋ ਹੋਣ ਦਾ ਕਰਕੇ ਘਰਾਂ 'ਚ ਲੋਕਾਂ ਦਾ ਨੁਕਸਾਨ ਹੋਇਆ, ਪੂਰਾ ਪ੍ਰਸ਼ਾਸਨ SDM DSP BDO ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਅੱਜ ਉਸ ਚੀਜ਼ ਨੂੰ ਦੇਖ ਕੇ ਮਨ ਨੂੰ ਬੜਾ ਦੁੱਖ ਲੱਗਿਆ, ਪਰ ਉਹਦਾ ਪ੍ਰੋਪਰ ਹੱਲ ਜਿਹੜਾ ਕੋਈ ਕਰਨ ਦੇ ਵਾਸਤੇ ਅੱਜ ਪ੍ਰਸ਼ਾਸਨ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਥੋੜ੍ਹੇ ਸਮੇਂ ਦੇ ਵਿੱਚ ਉਹਦਾ ਪ੍ਰੋਪਰ ਹੱਲ ਕਰਕੇ, ਪਹਿਲਾਂ ਵੀ ਐਜ਼ ਮੌਸਮ ਬਰਸਾਤ ਤੋਂ ਪਹਿਲਾਂ ਅਸੀਂ ਸਾਰੀਆਂ ਡਰੇਨਾਂ ਜਿਹੜੀਆਂ ਲਗਭਗ ਮੇਰੇ ਹਲਕੇ ਦੇ 4 ਡਰੇਨਾਂ ਨੇ, 6 ਡਰੇਨਾਂ ਦੀ ਸਫਾਈ ਪ੍ਰੋਪਰ ਹੋਈ ਆ, ਪਰ ਇਹ ਆ ਕਿ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਹੈ। ਥੋੜ੍ਹੀ ਜਿਹੀ ਬਰਸਾਤ ਹੋਣ ਦੇ ਨਾਲ ਜਿਹੜਾ ਗਲੀਆਂ ਨਾਲੀਆਂ ਦਾ ਪਾਣੀ ਜਿਹੜਾ ਕਾਫੀ ਚੜ੍ਹ ਗਿਆ, ਪਰ ਇਹਨੂੰ ਫਿਰ ਵੀ ਧਿਆਨ 'ਚ ਰੱਖਦਿਆਂ ਅੱਜ ਪ੍ਰਸ਼ਾਸਨ ਨੇ ਪੂਰਾ ਇਹਦੀ ਦੇਖ ਰੇਖ ਕੀਤੀ ਆ ਅਤੇ ਬਣਦਾ ਜਿਹੜਾ ਵਾ ਉਹਦੇ ਹਿਸਾਬ ਨਾਲ ਉਹਦਾ ਹੱਲ ਕੀਤਾ ਜਾਊਗਾ। ਕੋਈ ਲਗਭਗ 10-15 ਘਰ ਨੇ ਜਿਨ੍ਹਾਂ ਦੇ ਪਾਣੀ ਵਿੱਚ ਚੜ੍ਹਿਆ ਪਿਆ ਵਾ, ਘਰਾਂ ਦੇ ਅੰਦਰ ਕਾਫੀ ਉਹਨਾਂ ਦਾ ਨੁਕਸਾਨ ਹੋਇਆ ਵਾ, ਜਿਵੇਂ ਉਹਨਾਂ ਦੇ ਘਰ ਦਾ ਸਮਾਨ ਸੀਗਾ ਪੂਰਾ ਪਾਣੀ ਦੇ ਵਿੱਚ ਡੁੱਬਿਆ ਪਿਆ। ਹੁਣ ਉਹ ਦੇਖ ਕੇ ਉਹਨਾਂ ਨੂੰ ਰਹਿਣ ਦਾ ਪ੍ਰੋਪਰ ਉਹਨਾਂ ਦਾ ਹੱਲ ਆਪਣੇ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਸਕੂਲ ਦੇ ਵਿੱਚ ਕਰਕੇ ਦਿੱਤਾ ਗਿਆ। ਬਾਕੀ ਆਉਣ ਵਾਲੇ ਸਮੇਂ 'ਚ ਦੇਖ ਕੇ ਇਹਨੂੰ ਅਤੇ ਇਹਨਾਂ ਦਾ ਪ੍ਰੋਪਰ ਹੱਲ ਜਿਹੜਾ ਰੋਈ ਦਾ, ਜਿਹੜੇ ਘਰ ਅਸਲ ਦੇ ਵਿੱਚ ਕੁਝ ਕਾਰਨ ਇਹ ਆ ਕਿ ਲੋਕਾਂ ਨੇ ਰੋਈ ਦੇ ਵਿੱਚ ਘਰ ਬਣਾਏ ਆ, ਇਹ ਵੀ ਕੁਝ ਗਲਤੀ ਆ ਕਿ ਜਿਹੜਾ ਰੋਈ ਦੀ ਜਗ੍ਹਾ ਦੇ ਵਿੱਚ ਘਰ ਬਣਾਏ ਆ, ਥੋੜ੍ਹਾ ਰਸਤਾ ਹੋਣ ਦਾ ਕਰਕੇ ਪਾਣੀ ਜਿਹੜਾ ਉਹ ਘਰਾਂ ਦੇ ਵਿੱਚ ਆ ਜਾਂਦਾ, ਪਰ ਫਿਰ ਵੀ ਪ੍ਰਸ਼ਾਸਨ ਨਾਲ ਸਲਾਹ ਮਸ਼ਵਰਾ ਕਰਕੇ ਅਤੇ ਇਹਨਾਂ ਦਾ ਆਉਣ ਵਾਲੇ ਸਮੇਂ 'ਚ ਪ੍ਰੋਪਰ ਹੱਲ ਕੀਤਾ ਜਾਊ। ਮੌਕੇ 'ਤੇ CM ਸਾਹਿਬ ਦੀਆਂ ਇੰਸਟਰਕਸ਼ਨਾਂ ਸਨ, MLA ਸਾਹਿਬ ਨਾਲ ਇਹਨਾਂ ਵੱਲੋਂ ਹਦਾਇਤ ਹੋਈ ਵੀ ਆਪਾਂ ਵੇਖਣਾ ਮੌਕਾ ਮੌਕਾ 'ਤੇ। ਅਸੀਂ ਕੱਲ੍ਹ ਦਾ ਵੀ ਵੇਖਿਆ ਸੀ ਉੱਥੇ ਪਾਣੀ, ਕੱਲ੍ਹ ਹਰ ਸਾਲ ਹੀ ਆਉਂਦਾ, ਪਰ ਐਰਕੀ ਅਸੀਂ ਉੱਥੇ ਹੁਣ ਵੇਖ ਕੇ ਆਏ ਪਾਣੀ ਆ ਚੁੱਕਾ ਵਾ। ਉਹਨਾਂ ਦਾ ਅਸੀਂ ਪ੍ਰਬੰਧ ਲਾਗੇ ਸਕੂਲ ਦੇ ਵਿੱਚ ਕਰਾ ਦਿੱਤਾ, ਫੁਲਕੇ ਪਾਣੀ ਦਾ ਵੀ ਪ੍ਰਬੰਧ ਉੱਥੇ ਕਰਾ ਦਿੱਤਾ ਪੰਚਾਇਤ ਨੂੰ ਕਹਿ ਕੇ, ਪ੍ਰੋਪਰ ਹੱਲ। ਹੁਣ SDM ਸਾਹਿਬ ਵੀ ਉੱਥੇ ਆਏ ਸਨ, ਉਹਦਾ ਪ੍ਰੋਪਰ ਵੇ ਆਊਟ ਅਸੀਂ ਹੁਣ ਇਹਦਾ ਕੱਢਾਂਗੇ ਵੀ ਇਹਨਾਂ ਨੂੰ ਕਿਤੇ ਕੋਈ ਜਗ੍ਹਾ ਲਾਗੇ ਪੰਚਾਇਤ ਦੀ ਕਿਤੋਂ ਦਿੱਤੀ ਜਾਵੇ, ਤਾਂ ਜੋ ਹਰ ਸਾਲ ਜਿਹੜਾ ਇੱਥੇ ਪਾਣੀ ਆਉਂਦਾ ਡਰੇਨ ਦੀ ਜਗ੍ਹਾ ਦੇ ਵਿੱਚ ਉਹ ਬੈਠੇ ਸਾਰੇ, ਅਤੇ ਉਹ ਨੈਚੁਰਲੀ ਆ ਵੀ ਹਰ ਸਾਲ ਪਾਣੀ ਤਾਂ ਉੱਥੇ ਆਉਣਾ ਹੀ ਆਉਣਾ ਡਰੇਨ ਦੀ ਜਗ੍ਹਾ ਹੋਣ ਕਾਰਨ। ਉਹਨਾਂ ਦਾ ਪ੍ਰੋਪਰ ਹੱਲ ਇਹੋ ਹੀ ਆ ਵੀ ਉਹਨਾਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ। ਉਹਦੇ ਲਈ ਅਸੀਂ ਹੁਣ ਬਾਅਦ 'ਚ ਮੀਟਿੰਗ ਕਰਕੇ ਸਾਰੇ SDM ਸਾਹਿਬਾਨ ਨਾਲ ਕਰਕੇ ਉਹਦਾ ਪ੍ਰੋਪਰ ਹੱਲ ਕੱਢਾਂਗੇ।